ਦਾ ਕੀ ਫਾਇਦਾ ਹੈ, ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ ਤੇ ਉਹਨੂੰ ਦਵਾ ਦਵਾਉਣ ਦਾ ਕੀ ਫਾਇਦਾ ਹੈ। ਕਹਿੰਦਾ ਪੈਸੇ ਲੈ ਕੇ ਜਿਹਨੇ ਕਦੇ ਮੋੜਨੇ ਨਹੀਂ, ਮੇਰੇ ਵਰਗੇ ਨੇ, ਕਹਿੰਦਾ ਪੈਸੇ ਲੈ ਕੇ ਵੀ ਜਿਹਨੇ ਕਦੇ ਮੋੜਨੇ ਨਹੀਂ ਤੇ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਹੈ, ਤੇ ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸਿੱਟਦੇ, ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਹੈ, ਤੇ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਹੈ। ਸੋ ਜੱਟਾ ਚੱਲ ਪਹੁੰਚੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਸੰਗੀਤਕ ਪਰਿਵਾਰ ਜਾਣ ਕਿ ਤੁਹਾਡੇ ਆਪਣੇ ਛੋਟੇ ਵੀਰ ਜੱਟਾ ਜੱਲੀ ਐਂਡ ਮੈਡਮ ਮਨਪ੍ਰੀਤ ਮਲਕੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਖੁਸ਼ਾਮਦੀਦ, ਅਦਾਬ ਸਲਾਮ, ਔਰ ਸਾਡੇ ਗੁਰੂਆਂ ਪੀਰਾਂ ਵੱਲੋਂ ਬਖਸ਼ਿਆ ਹੋਇਆ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿਓ। ਬਹੁਤ ਨਿੱਕ, ਬਹੁਤ ਸਤਿਕਾਰ, ਬਹੁਤ ਜੀ ਆਇਆ ਤੁਹਾਡਾ ਸਾਰਿਆਂ ਦਾ। ਔਰ ਗੁਰਬਾਣੀ ਦਾ ਫਰਮਾਨ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਦਿਨ ਕਾ ਕਾਜ ਰਚਾਇਆ, ਇਹ ਉਸੇ ਦੀਆਂ ਵਡਿਆਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ। ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਉੱਚਿਆਂ ਦੇ ਸੰਗ ਲਈ ਸਦਕੇ ਜਾਵਾਂ ਉਹਨਾਂ ਉੱਚਿਆਂ ਦੇ ਜਿੰਨਾ ਨੀਵਿਆਂ ਸੰਗ ਨਿਭਾਈ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾਹ ਤਾਲਾ ਗੋਡ ਸਭ ਦੇ ਨਾਲ ਨਿਭਾਉਣ ਵਾਲਾ, ਸਭ ਦੇ ਕਾਸਮ ਪੂਰਨ ਕਰਨ ਵਾਲਾ, ਤੇ ਸਾਡੇ ਬਹੁਤ ਹੀ ਆਪਣਾ ਪਰਿਵਾਰ ਘਾਰੂ ਫੈਮਿਲੀ ਤੇ ਗਿੱਲ ਫੈਮਿਲੀ, ਔਰ ਸਾਰੇ ਜਿਹੜੇ ਪਰਮਾਤਮਾ ਨੇ ਬੜੀ ਅਪਾਰ ਕਿਰਪਾ ਕੀਤੀ, ਜਿਹੜਾ ਦੋ ਪਰਿਵਾਰਾਂ ਦਾ, ਦੋ ਰੂਹਾਂ ਦਾ ਮੇਲ ਹੋਣ ਜਾ ਰਿਹਾ ਹੈ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਘਾਰੂ ਫੈਮਿਲੀ ਦੇ ਮੁਖੀਆ ਜੀ, ਨਾਂ ਵੀ ਮੁਖੀਆ ਤੇ ਯਾਨੀ ਕਿ ਗੁਲਾਬ ਸਾਹਿਬ ਦੇ ਦਾਦਾ ਜੀ ਮੁਖੀਆ ਸਿੰਘ ਜੀ, ਘਾਰੂ ਸਾਹਿਬ, ਉਹਨਾਂ ਦੀ ਸਾਰੀ ਫੈਮਿਲੀ, ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਸਤਪਾਲ ਜੀ ਘਾਰੂ ਸਾਹਿਬ, ਮੁਖੀਆ ਘਰ ਦਾ ਹੁੰਦਾ ਜਿਹੜਾ ਸੁਖੀ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਹੈ ਹੀ ਹੈ, ਉਹ ਘਰ ਦਾ ਮੁਖੀਆ ਹੈ, ਅਜੇ ਉਹ ਕਹਿ ਰਹੇ ਹਨ। ਸੋ ਸਾਰਾ ਪਰਿਵਾਰ ਸਾਡੇ ਜਸਪਾਲ ਭਾਜੀ ਔਰ ਸਾਡਾ ਭਾਈ ਸੁੱਖਾ ਵੀਰ, ਸਾਰਾ ਪਰਿਵਾਰ ਆਪਣਾ ਹੈ, ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਬੇਨਤੀ ਕਰੂੰਗਾ ਜੇ ਥੋੜ੍ਹਾ ਜਿਹਾ ਅਰੇਂਜਮੈਂਟ ਭੈਣਾਂ ਦੇ ਬੈਠਣ ਵਾਸਤੇ ਕਰ ਦਿਓ, ਵੈਸੇ ਚਾਰਣੀਆਂ ਕਦੋਂ ਲਾ ਦਿੰਦੇ, ਅੱਜ ਮਾਹੌਲ ਹੀ ਥੋੜ੍ਹਾ ਜਿਹਾ ਗਰਮ ਹੈ। ਸੋ ਸਾਰੇ ਪਹੁੰਚੋ, ਇਹ ਪੰਜ ਸਰਪੰਚ ਵੀ ਆਈ ਪੀ ਪਰਸਨ, ਸਾਰਿਆਂ ਨੂੰ ਜੀ ਆਇਆਂ। ਸੋ ਆਓ ਟਾਈਮ ਦੇ ਹਿਸਾਬ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਿਆਣੇ ਕਹਿੰਦੇ ਕਿਸੇ ਵੀ ਕੰਮ ਨੂੰ ਹੱਥ ਪਾਈਏ, ਸਭ ਤੋਂ ਪਹਿਲਾਂ ਪਰਮਾਤਮਾ ਦਾ ਵਾਹਿਗੁਰੂ ਅੱਲਾਹ ਤਾਲਾ ਗੌਰ ਦਾ ਨਾਂ ਲੈਣਾ ਬੜਾ ਜ਼ਰੂਰੀ ਹੈ ਅਤੇ ਲੈਣਾ ਵੀ ਚਾਹੀਦਾ। ਕਿਸੇ ਸ਼ਹਿਰ ਨੇ ਬੜਾ ਖੂਬ ਲਿਖਿਆ ਹੈ ਕਿ ਉਸ ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ, ਉਸ ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ, ਬਈ ਬੰਦਾ ਇੱਕੋ ਡਰਦਾ ਰਹੇ ਤਾਂ ਚੰਗਾ ਏ, ਮੁੱਠੀ ਬੰਦ ਰਹੇ ਤਾਂ ਉਹਦੀ ਕੀਮਤ ਹੈ, ਜੇ ਇੱਜ਼ਤ ਉੱਤੇ ਪਰਦਾ ਰਹੇ ਤਾਂ ਚੰਗਾ ਏ, ਵਿਹਲਾ ਰਹਿ ਕੇ ਨਸ਼ਿਆਂ ਦੇ ਵਿੱਚ ਪੈ ਜਾਂਦਾ ਉਹ ਗੱਭਰੂ ਪੁੱਤ ਕੰਮ ਕਰਦਾ ਰਹੇ ਤਾਂ ਚੰਗਾ ਏ, ਲੋਕਾਂ ਤੋਂ ਮੰਗਣਾ ਦੇਵੀ ਮੌਤ ਬਰਾਬਰ ਹੈ, ਉਸ ਰੱਬ ਦੇ ਕੋਲੋਂ ਸਰਦਾ ਰਹੇ ਤਾਂ ਚੰਗਾ ਏ, ਉਸ ਰੱਬ ਦੇ ਕੋਲੋਂ ਸਰਦਾ ਰਹੇ ਤਾਂ ਚੰਗਾ ਏ। ਇੱਕ ਵਾਰੀ ਤਾੜੀ ਮਾਰ ਕੇ ਇਜਾਜ਼ਤ ਦੇ ਦਿਓ, ਬੜੀ ਮਿਹਰਬਾਨੀ, ਇਜਾਜ਼ਤ ਜੀ, ਬੜੀ ਮਿਹਰਬਾਨੀ। ਔਰ ਬਹੁਤ ਖੁਸ਼ੀ ਮਿਲੀ ਹੈ ਤੁਹਾਡੇ ਏਰੀਏ ਦੇ ਵਿੱਚ ਪਹਿਲੀ ਵਾਰੀ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ, ਔਰ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਦੇ ਨਾਲ ਤੁਹਾਡਾ ਐਂਟਰਟੇਨਮੈਂਟ ਕਰ ਸਕੀਏ। ਸੋ ਆਓ ਸਭ ਤੋਂ ਪਹਿਲਾਂ ਬਾਜਾਂ ਵਾਲਾ ਬਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਗਾਨੀ, ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ, ਉਸ ਤੋਂ ਬਾਅਦ ਜਿਵੇਂ ਜਿਵੇਂ ਮਾਹੌਲ ਬਣੇਗਾ ਮੈਂ ਤੁਹਾਡੀ ਸੇਵਾ ਕਰਾਂਗਾ। ਸੋ ਆਓ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉਸ ਤੋਂ ਬਾਅਦ ਤੇਰੇ ਫੇਰ ਉਡਾਰੀਆਂ ਮਾਰਦੇ ਨੇ, ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਤੇ ਵੈਰੀ ਫੇਰ ਉਹ ਚਿਲੇ ਕਰਦੇ ਨੇ, ਮਾਹੀ ਬਾਜਾ ਵਾਲਿਆ ਹੁਣ ਜਗ ਰੁਕਵਾ ਲਿਆ, ਚੋ ਜੀ ਤੇਰੇ ਜਗ ਤੋਨੇ
वाले तेरे मन तो चारे है पुत वाले बाजा वाले तेरे मन तो चारे है पुत वाले बगैर कथी कौमी बाकी गाली उत्ते गाली उत्ते गाली उत्ते गाली चकौर का फरौनी तेरे चंडीगढ़ सब सुधराए पंडाला माहौल न फरौनी तेरे चंडीगढ़ नो सुधराए पंडाला माहौल न फरौनी तेरे चंडीगढ़ नो बगैर कोठी पौंदी भी झोगनी एक जू जमीन जेगरी देगी बलानी एक बगैर कोठी पौंदी भी झोगनी गाली उत्ते करनी सुगौर ना फरौनी तेरे चंडीगढ़ सुपराए पंडाला माहौल ना फरौनी तेरे चंडीगढ़ नाल सुपराए ते बेड़ा माहौल ना फरौनी तेरे चंडीगढ़ नाल नगरोनी तेरे चंडीगढ़ नालों सतराए पंडाला माहौल नगरोनी तेरे चंडीगढ़ नालों
ਆਪਾਂ ਬੱਚਿਆਂ ਨੂੰ ਉੱਥੇ ਪੜ੍ਹਨ ਲਾਉਂਦੇ ਹਾਂ। ਹੁਣ ਗੱਲ ਕੀ ਉੱਥੇ ਜੀਨਾ ਜੂਨਾ ਚੱਲਦੀ ਹੈ, ਮਾਹੌਲ ਤੁਹਾਨੂੰ ਪਤਾ ਇਹੋ ਜਿਹਾ ਹੁੰਦਾ, ਹਰੇਕ ਬੱਚੇ ਦਾ ਜੀ ਕਰਦੇ ਆ। ਪਰ ਪਿੰਡਾਂ ਵਾਲੀ ਮੌਜ, ਪਿੰਡਾਂ ਦੀਆਂ ਪਹਿਲਾਂ ਹੀ ਦੱਸ ਲਈ, ਉੱਥੇ ਪਾਥੀਆਂ ਮਿਲਦੀਆਂ, ਚੰਡੀਗੜ੍ਹ ਪਾਥੀਆਂ ਮਿਲਦੀਆਂ, ਪਾਥੀਆਂ ਉੱਥੇ ਟੋਕਰੇ ਇਕੱਠੇ ਹੋ ਜਾਣਗੇ। पैसे वाली दौर ना जरूरी तेरे चंडीगढ़ गर्मी बहुत है। प्यार है, बड़ी मेहरबानी, शुक्रिया। पैसे वाली दौर ना करोड़ी तेरे चंडीगढ़ ताड़ी तुड़ी मार दो भैनों, पैसे हजे थोड़ी देर रोक के देंगे कि धन्यवाद तुहाडा सारा दा भाजी। साढ़े भाजी सारे परिवार वालों बहुत सारा प्यार आया है, सो बड़ी मेहरबानी। हूँ मैं एक बार पूछूंगा थानू, साढ़े भूआ जी भी आवे आ गए लै अच्छी भूआ जी, सो फड़ लिया कर पैसे। सो मैं गल कर लगा टेंपूआ ते केड़ा केड़ा बंदा जिहड़ा जिहड़े टेंपू जे थ्री व्हीलर ते चलदे आ, ताड़ी मार ਬਿਠਾਇਆ ਕਸੂਰ ਨੀ ਜੋ ਕੱਟ ਦੇ ਕਰਾਇਆ
ਨੀਪੂ ਸਾਡਾ ਜਾਣਾ ਬੜੀ ਦੂਰ ਨੀ ਛੇਤ ਕੱਟ ਦੇ ਕਰਾਇਆ ਨੀਪੂ ਸਾਡਾ ਜਾਣਾ ਬੜੀ ਦੂਰ ਨੀ ਛੇਤ ਕੱਟ ਦੇ ਕਰਾਇਆ ਨੀਪੂ ਸਾਡਾ ਜਾਣਾ ਬੜੀ ਦੂਰ ਨੀ ਛੇਤ ਕੱਟ ਦੇ ਕਰਾਇਆ जनाब रणजीत मणि जी ते उन्हां दे उस्ताद जी अमर सिंह चमकीला जी अपने अंदाज नाल ही गाया जावे गीत जिहदा मर्जी होवे जे किसी नूं गाउणा तां अपने अंदाज दे नाल ही गाओ ते किसे वांगू गाउणा बहुत औखा हुंदा जे गाउणा नूं जोर दे वध कर दिंदे इक वारी चमकीला जी दे नाल ही जोरदार ताड़ी मार दिओ लोक बेशक दी माड़ा कहिंदे मैं साथ उन्हां दा की सुणाऊंगा अमीर करूंगा वधिया लगा जी ਸ਼ਰਾਬ ਪੀ ਕੇ ਰੱਖ ਕੇ ਹਟਾ ਦੇ
ਮੇਰੇ ਪਾਸ਼ਾ ਰੱਬ ਦੀ ਮੇਰਾ ਤੀ ਹੱਟਾ ਜਿੱਤ ਕੇ ਦੇ ਵਾਰੇ ਮੇਰਾ ਬਣਾ ਲਿਆ ਹਾਂ ਨਜ਼ਾਰੇ ਨਜ਼ਿਆ ਬੰਦਮਾ ਸਰੀਰ ਸਾਰਾ ਖਾ ਲਿਆ ਹਾਂ ਨੀ ਤੇਰੇ ਨਸ਼ਿਆ ਰੇ ਬੰਦਮਾ ਸਰੀਰ ਸਾਰਾ ਖਾ ਲਿਆ ਹਾਂ ਨੀ ਸਾਰੀ ਨਸ਼ਿਆ ਰੇ ताड़ी मार दो बहुत वड्डी करामात होंदी है कोई शरीर नूं बढ़ना आहा मुंडा बचोला आ भी राजी है कोके ते मैं कि पंजे हुण कोई तेनू जिंदे में आके लै गया जट दा ने आउणा तक ते ना रह गया हुण कोई तेनू जिंदे आके लै गया जट ने आउणा तक ते ना रह गया कट मेरे नाल जान लै लईए लावां कट मेरे नाल जान लै लईए लावां जिती प्यार दी हल्ले दवार जी नहीं चुक सकदे मुंडे तो चितराज ही नहीं हुण करदे मुंडे तो चितराज ही नहीं हुण करदे